ਅਮਸਕਾਲ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਾਂ ਦਰਨਜੀਤ ਗੌਰ ਮੈਲਾ ਪੇਸ਼ ਨਹੀਂ ਚੁਣ ਮੀਆਂ ਖਬਰਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਵੈ ਸਹਾਇਤਾ ਸਮੂਹਾ ਦੀਆਂ 16 ਲੱਖ ਔਰਤਾਂ ਨੂੰ 1000 ਕਰੋੜ ਰੁਪਏ ਕੀਤੇ ਟਰਾਂਸਫਰ ਸੂਚਨਾ ਤੇ ਪ੍ਰਸਾਰਣ ਮੰਤਰਾਲਾ ਨੇ ਭਾਰਤ ਵਿਰੋਧੀ ਗਲਤ ਪ੍ਰਚਾਰ ਕਰਨ ਵਾਲੇ ਵੀ YouTube ਚੈਨਲਾਂ ਅਤੇ ਹੋਰ ਵੈੱਬਸਾਈਟਾਂ ਨੂੰ ਬਲੌਕ ਕੀਤਾ ਹੈ ਡਿਜੀਟਲ ਇੰਡੀਆ ਤਹਿਤ ਈ ਆਫਿਸ ਦੀ ਯੋਜਨਾ ਨੇ ਸ਼੍ਰੀ ਮੁਕਸਰ ਸਾਹਿਬ ਜ਼ਿਲ੍ਹੇ ਦੇ ਲੋਕਾਂ ਨੂੰ ਪਹੁੰਚਾਇਆ ਫਾਇਦਾ ਤੇ ਅਕਾਲੀ ਦਲ ਦੇ ਸੀਨੀਅਰ ਆਗੂ ਵਿਕਰਮ ਜੀਟੀਆ ਖਿਲਾਫ ਪੁਲਿਸ ਵੱਲੋਂ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਤੇ ਹੁਣ ਖਬਰਾਂ ਵਿਸਥਾਰ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਉੱਤਰ ਪ੍ਰਦੇਸ਼ ਦੇ ਪਰਿਆਗ ਰਾਜ ਵਿੱਚ ਮਹਿਲਾ ਸਸ਼ਕਤੀਕਰਨ ਦੇ ਖਾਸ ਪ੍ਰੋਗਰਾਮ ਵਿੱਚ ਸ਼ਿਰਕਤ ਲਿਆ। ਇਸ ਵਿੱਚ 2 ਲੱਖ ਤੋਂ ਵੱਧ ਔਰਤਾਂ ਸ਼ਾਮਲ ਹੋਈਆਂ। ਇਹਨਾਂ ਵਿੱਚ ਬਹੁਤ ਸਾਰੀਆਂ ਔਰਤਾਂ ਸਰਕਾਰ ਦੀਆਂ ਵੱਖ-ਵੱਖ ਯੋਜਨਾਵਾਂ ਦੀ ਲਾਭਪਾਤਰੀ ਸਨ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਵੈ ਸਹਾਇਤਾ ਸਮੂਹਾਂ ਦੀਆਂ 16 ਲੱਖ ਔਰਤਾਂ ਨੂੰ 1000 ਕਰੋੜ ਰੁਪਏ ਟਰਾਂਸਫਰ ਕੀਤੇ। ਪ੍ਰਧਾਨ ਮੰਤਰੀ ਨੇ ਲਾਭਪਾਤਰੀ ਔਰਤਾਂ ਨਾਲ ਗੱਲਬਾਤ ਵੀ ਕੀਤੀ। ਉਨ੍ਹਾਂ ਕਿਹਾ ਕਿ ਉੱਤਰ ਪ੍ਰਦੇਸ਼ ਵਿੱਚ ਡਬਲ ਇੰਜਨ ਦੀ ਸਰਕਾਰ ਈਆਂ ਦਾ ਪੁਖ ਬਣਾਉਣ ਵਿੱਚ ਮਦਦ ਕਰ ਰਹੀ ਹੈ ਅਤੇ ਔਰਤਾਂ ਨੂੰ सुरक्षा सम्मान दिया गया है उन्होंने कहा कि धियां ब्याह की उम्र इक्कीस साल करने का यत्न किया जा रहा है डबल इंजिन की सरकार बेटियों के भविष्य को सशक्त करने के लिए निरंतर काम कर रही है अभी कुछ दिन पहले ही केंद्र सरकार ने एक और फैसला किया है पहले बेटों के लिए शादी की उम्र कानूनन 21 साल थी लेकिन बेटियों के लिए ये उम्र 18 साल की ही थी बेटियों भी चाहती थी कि उन्हें उनकी पढ़ाई लिखाई के लिए आगे पढ़ने के लिए समय मिले बराबर अवसर मिले इसलिए बेटियों के लिए शादी की उम्र को 21 साल करने का प्रयास किया जा रहा है देश ਸੂਚਨਾ ਤੇ ਪ੍ਰਸਾਰਣ ਮੰਤਰਾਲੇ ਨੇ ਪਾਕਿਸਤਾਨ ਪ੍ਰਾਇੋਜਿਤ ਫੇਕ ਨਿਊਜ਼ ਮੁਹਿੰਮ ਤੇ ਰੋਕ ਲਗਾ ਦਿੱਤੀ ਹੈ ਇਸ ਤਹਿਤ ਭਾਰਤ ਵਿਰੋਧੀ ਗਲਤ ਪ੍ਰਚਾਰ ਕਰਨ ਵਾਲੇ 20 YouTube ਚੈਨਲ ਅਤੇ ਦੋ ਵੈਬਸਾਈਟਾਂ ਨੂੰ ਬਲੌਕ ਕੀਤਾ ਗਿਆ ਹੈ ਮੰਤਰਾਲਾ ਤੇ ਇਸ ਕਦਮ ਨਾਲ ਪਾਕਿਸਤਾਨ ਵੱਲੋਂ ਕੀਤੇ ਜਾ ਰਹੇ ਗਲਤ ਪ੍ਰਚਾਰ ਤੇ ਰੋਕ ਲੱਗੇਗੀ ਮਗਰੋ ਸੂਚਨਾ ਤੇ ਪ੍ਰਸਾਰਣ ਮੰਤਰੀ ਅਨੁਰਾਗ ਸਿੰਘ ਠਾਕੁਰ ਨੇ ਕਿਹਾ ਕਿ ਪਾਕਿਸਤਾਨ ਦਾ ਭਾਰਤ ਵਿਰੋਧੀ ਏਜੰਡਾ ਚੱਲ ਰਿਹਾ ਹੈ ਜਿਸ ਖਿਲਾਫ ਇਹ ਕਾਰਵਾਈ ਕੀਤੀ ਗਈ ਹੈ ਕਿਆ ਖਰਾਬ ਕੰਟੈਂਟ ਐਂਟੀ ਇੰਡੀਆ ਕੰਟੈਂਟ ਦੇ ਮਾਧਿਅਮ ਸੇ जो एक प्रयास कुछ वेबसाइट्स और पोर्टल्स के माध्यम से किया जा रहा था उसके खिलाफ कार्रवाई की गई है नया पाकिस्तान ग्रुप हो इसके माध्यम से चलने वाले लगभग पंद्रह यूट्यूब चैनल्स हों या पांच अन्य यूट्यूब चैनल्स हों दो वेब पोर्टल्स हों जो कानून के अनुसार उनका उल्लंघन भी कर रहे थे तो आईटी रूल्स के अंतर्गत उनके खिलाफ कार्रवाई भी की गई है ताकि देश के खिलाफ जो एजेंडा पाकिस्तान की ओर से चलता है पाकिस्तान की वेबसाइट्स और वहां के जो हैंडल वाले यहां पर कर रहे हैं, उसके खिलाफ कड़ी कार्रवाई की गई है। अनुराग सिंह ठाकुर ने कहा कि मीडिया बारे राहुल गांधी वालों वर्ते गए शब्द पूरी तरह निंदन योग्य ने राहुल गांधी मुआफी मंगनी चाहिए जब राहुल जी से लिंचिंग पर सवाल पूछे गए आपके द्वारा मीडिया के द्वारा तो जो शब्दों का प्रयोग उन्होंने मीडिया के प्रति किया है वो अपने आप में एक बार फिर इमरजेंसी की याद करवाता है जो कांग्रेस के समय थी लेकिन आज मीडिया को दलाल कह देना ये अपने आप में बहुत शर्मनाक है राहुल गांधी जी को पूरे मीडिया से माफी मांगनी चाहिए और सोनिया गांधी जी को भी इस पर स्पष्टीकरण देना चाहिए कि क्या वो भी राहुल गांधी जी की तरह सोचती हैं क्या प्रियंका जी भी राहुल गांधी जी की तरह मीडिया को दलाल के रूप में गिनता है क्या कांग्रेस पार्टी की सोच मीडिया को लेकर आज यही है इस दौरान बीजेपी दे कौमी जनस कते तरुण चुग्नी चंडीगढ़ तो जारी एक बयान रही कांग्रेस आगु राहुल गांधी दी लिंचिंग बारे उन ने ट्वीट ले सखत निखेद की दियी तरुण चुग्नी राहुल गांधी ने 1984 दे सिख विरोधी दंगियां दी याद दवाई अते कांग्रेस आगु ते जानबूझ के भूलन दी बीमारी दा दोष लगाया ਪੰਜਾਬ ਦੀ ਸੀਨੀਅਰ ਕਾਂਗਰਸ ਆਗੂ ਤੇ ਸਾਬਕਾ ਮੰਤਰੀ ਰਾਣਾ ਗੁਰਮੀਤ ਸਿੰਘ ਸੋਟੀ ਅੱਜ ਬੀਜੇਪੀ ਵਿੱਚ ਸ਼ਾਮਲ ਹੋ ਗਏ। ਨਵੀਂ ਦਿੱਲੀ ਵਿੱਚ ਬੀਜੇਪੀ ਹੈੱਡਕੁਆਰਟਰ ਵਿਖੇ ਪੰਜਾਬ ਬੀਜੇਪੀ ਦੇ ਚੋਣ ਪ੍ਰਭਾਰੀ ਗਜਿੰਦਰ ਸਿੰਘ ਸ਼ੇਖਾਫਤ ਅਤੇ ਹੋਰਨਾ ਸੀਨੀਅਰ ਆਗੂਆਂ ਦੀ ਮੌਜੂਦਗੀ ਵਿੱਚ ਉਹਨਾਂ ਬੀਜੇਪੀ ਦੀ ਮੈਂਬਰਸ਼ਿਪ ਹਾਸਲ ਕੀਤੀ। ਇਸ ਮੌਕੇ ਬੀਜੇਪੀ ਦੇ ਆਗੂ ਭਪਿੰਦਰ ਯਾਦਵ ਨੇ ਉਹਨਾਂ ਦਾ ਸਵਾਗਤ ਕੀਤਾ। ਰਾਣਾ ਗੁਰਮੀਤ ਸਿੰਘ ਸੋਡੀ ਫਿਰੋਜ਼ਪੁਰ ਜ਼ਿਲ੍ਹੇ ਦੇ ਗੁਰੂ ਹਰ ਸਹਾਇ ਅਸੈਂਬਲੀ ਹਲਕੇ ਤੋਂ ਵਿਧਾਨਕਾਰ ਨੇ ਇਸ ਤੋਂ ਪਹਿਲਾਂ ਰਾਣਾ ਗੁਰਮੀਤ ਸਿੰਘ ਸੋਡੀ ਨੇ ਅੱਜ ਹੀ ਕਾਂਗਰਸ ਪਾਰਟੀ ਤੋਂ ਆਪਣਾ ਹਸਤੀਫਾ ਦੇਣ ਦਾ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕੌਮੀ ਸੁਰੱਖਿਆ ਤੇ ਪੰਜਾਬ ਦੇ ਹਿੱਤ ਉਹਨਾਂ ਦੇ ਏਜੰਡੇ ਤੇ ਸਭ ਤੋਂ ਉੱਪਰ ਨੇ ਰਾਜਪੁਰੇ ਸੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਸ ਪ੍ਰਗਟਾਈ ਕਿ ਪੰਜਾਬ ਲੋਕ ਕਾਂਗਰਸ ਤੇ ਭਾਜਪਾ ਦੀ ਸਰਕਾਰ ਇਹਨਾਂ ਮੁੱਦਿਆਂ ਤੇ ਸਫਲਤਾ ਨਾਲ ਕੰਮ ਕਰੇਗੀ ਉਹਨਾਂ ਦੱਸਿਆ ਕਿ ਵਿਧਾਨ ਸਭਾ ਚੋਣਾਂ ਵਿੱਚ ਕਾਮਯਾਬੀ ਯਕੀਨੀ ਬਣਾਉਣ ਲਈ ਦੋਵੇਂ ਪਾਰਟੀਆਂ ਤਾਲਮੇਲ ਨਾਲ ਕੰਮ ਕਰ ਰਹੀਆਂ ਨੇ ਇਸ ਮੌਕੇ ਹੋਈ ਇੱਕ ਸਮਾਗਮ ਦੌਰਾਨ ਸੀਨੀਅਰ ਕਾਂਗਰਸ ਆਗੂ ਜਗਦੀਸ਼ ਕੁਮਾਰ ਜੱਗਾ ਕੈਪਟਨ ਸਿੰਘ ਦੀ ਪਾਰਟੀ ਵਿੱਚ ਸ਼ਾਮਲ ਹੋ ਗਏ ਪੰਜਾਬ ਦੇ ਰਾਜਪਾਲ ਬਨਵਾਰੀ لال ਪ੍ਰੋਹਿਤ ਤਜ ਗੁਰਦਾਸਪੁਰ ਜ਼ਿਲ੍ਹੇ ਵਿੱਚ ਕਾਨੂੰਨਾਂ ਸ਼ੰਭ ਕੱਲੁਕਾਰਾ ਸਮਾਰਕ ਵਿਖੇ ਪੁੱਜੇ 11 ਹਜ਼ਾਰ ਸ਼ਹੀਦ ਸਿੰਘ ਸਿੰਘਣੀਆਂ ਦੀ ਯਾਦ ਵਿੱਚ ਇਸ ਬਣੇ ਸਮਾਰਕ ਨੂੰ ਉਹਨਾਂ ਬੜੇ ਗੌਰ ਨਾਲ ਵੇਖਿਆ ਅਤੇ ਇਸ ਦੇ ਇਤਿਹਾਸ ਭਰੀ ਜਾਣਕਾਰੀ ਲਈ ਇਸ ਮੌਕੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸਮੇਤ ਹੋਰ ਅਧਿਕਾਰੀ ਵੀ ਮੌਜੂਦ ਸਨ ਰਾਜਪਾਲ ਨੂੰ ਗੁਰਦੁਆਰਾ ਕੱਲੁਕਾਰਾ ਸਾਹਿਬ ਦੇ ਇਤਿਹਾਸ ਨਾਲ ਸੰਬੰਧਿਤ ਇੱਕ ਫਿਲਮ ਵੀ ਦਿਖਾਈ ਗਈ ਬਾਅਦ ਵਿੱਚ ਰਾਜਪਾਲ ਪ੍ਰੋਹਿਤ ਨੇ ਅਧਿਕਾਰੀਆਂ ਨਾਲ ਇੱਕ ਮੀਟਿੰਗ ਕੀਤੀ ਅਤੇ ਕਿਹਾ ਕਿ ਜ਼ਿਲ੍ਹੇ ਵਿੱਚ ਕਿਸੇ ਵੀ ਗਰੀਬ ਪਰਿਵਾਰ ਦਾ ਬੱਚਾ ਪੈਸਿਆਂ ਕਰਕੇ ਸਿੱਖਿਆ ਤੋਂ ਵਾਂਝਾ ਨਾ ਹੋਵੇ ਤਉ ਉਸ ਦੀ ਸਿੱਖਿਆ ਯਕੀਨੀ ਬਣਾਉਣ ਲਈ ਹਰ ਉਪਰਾਲਾ ਕੀਤਾ ਜਾਵੇ। ਪਾਰਿਸ ਸਰਕਾਰ ਦੇ ਡਿਜੀਟਲ ਇੰਡੀਆ ਪ੍ਰੋਗਰਾਮ ਤਹਿਤ ਸ੍ਰੀ ਮੁਕਸਰ ਸਾਹਿਬ ਜ਼ਿਲ੍ਹੇ ਵਿੱਚ ਈ ਆਫਿਸ ਦੀ ਯੋਜਨਾ ਚਲਾਈ ਜਾ ਰਹੀ ਹੈ। ਇਸ ਨਾਲ ਬਿਨਾਂ ਕਾਗਜ਼ਾਂ ਦੇ ਫਾਈਲਾਂ ਦੀ ਸਾਮ ਸੰਭਾਲ ਅਤੇ ਕੰਮਕਾਜ ਘੱਟ ਸਮੇਂ ਵਿੱਚ ਹੋ ਰਿਹਾ ਹੈ। ਇਸ ਦੇ ਚੰਗੇ ਨਤੀਜੇ ਸਾਹਮਣੇ ਆਏ ਨੇ ਇੱਕ ਰਿਪੋਰਟ। ਸ਼੍ਰੀ ਮੁਕਸਰ ਸਾਹਿਬ ਜ਼ਿਲ੍ਹੇ ਵਿੱਚ ਡਿਜੀਟਲ ਇੰਡੀਆ ਪ੍ਰੋਗਰਾਮ ਅਧੀਨ ਚਲਾਇਆ ਜਾ ਰਿਹਾ ਹੈ ਇਲੈਕਟ੍ਰੋਨਿਕ ਆਫਿਸ ਸੇਵਾ ਕੇਂਦਰਾਂ ਵਿੱਚ ਆਉਣ ਵਾਲੀ ਹਰ ਫਾਈਲ ਨੂੰ ਇੱਕ ਯੂਨੀਕ ਕੋਡ ਨੰਬਰ ਦੇ ਕੇ ਕੰਪਿਊਟਰ ਜ਼ਰੀਏ ਸੰਬੰਧਤ ਅਧਿਕਾਰੀਆਂ ਅਤੇ ਕਰਮਚਾਰੀਆਂ ਕੋਲ ਭੇਜਿਆ ਜਾਂਦਾ ਹੈ ਇਸ ਨਾਲ ਹਰ ਕਰਮਚਾਰੀ ਤੇ ਅਧਿਕਾਰੀ ਦੀ ਡਿਊਟੀ ਤੈਅ ਹੋਣ ਨਾਲ ਲੋਕਾਂ ਨੂੰ ਬਿਨਾਂ ਕਿਸੇ ਖਜਲ-ਖੁਆਰੀ ਦੇ ਇੱਕ ਮਿੱਥੀ ਤਰੀਕੇ ਤੇ ਉਸ ਵੱਲੋਂ ਮੰਗੀ ਸੇਵਾ ਸੰਬੰਧੀ ਸਰਟੀਫਿਕੇਟ ਜਾਂ ਹੋਰ ਕਾਗਜ਼ਾਤ ਜਾਰੀ ਕੀਤੇ ਜਾਂਦੇ ਨੇ ਈ-ოფਿਸ ਦੇ ਵਿੱਚ ਕੀ ਹੈ ਵੀ ਤੁਹਾਡੀ ਜਿਹੜੀ ਫਾਈਲ ਦਾ ਸਾਰਾ ਪ੍ਰੋਸੈਸ ਜਿਹੜਾ ਆਨਲਾਈਨ ਹੈ ਉਹਦੇ ਵਿੱਚ ਸਾਰੇ ਅਫਸਰ ਸਹਿਬਾਨਾਂ ਦੇ ਲੌਗਇਨ ਆਈਡੀ ਬਣੇ ਹੋਏ ਨੇ ਉਹਦੇ ਵਿੱਚ ਤੁਹਾਨੂੰ ਇਹ ਪਤਾ ਲੱਗ ਜਾਂਦਾ ਵੀ ਜਿਹੜੀ ਵੀ ਤੁਹਾਡੀ ਫਾਈਲ ਹੈ ਉਹ ਕਿਹੜੇ ਅਕਾਊਂਟ ਦੇ ਵਿੱਚ ਕਿਹੜੇ ਅਫਸਰ ਦੇ ਅਕਾਊਂਟ 'ਚ ਕਿੰਨੇ ਦਿਨਾਂ ਤੋਂ ਪੈਂਡਿੰਗ ਪਈ ਹੈ ਜਿਹੜਾ ਇਹ ਡਿਜੀਟਲ ਇੰਡੀਆ ਦਾ ਮੁਹਿੰਮ ਹੈ ਬਹੁਤ ਹੀ ਵਧੀਆ ਹੈਗੀ ਹੈ ਇਹਦੇ ਵਿੱਚ ਕੀ ਹੈ ਹਰ ਇੱਕ ਪਰਸਨ ਨੂੰ ਅਦੀ ਫਾਈਲ ਜਿਹੜਾ ਕਿ ਸੇਵਾ ਕੇਂਦਰ ਬਣਿਆ ਹੈ ਉੱਥੇ ਆ ਕੇ ਜਮ੍ਹਾਂ ਕਰਵਾਉਂਦੇ ਹਨ ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਉਹਨਾਂ ਦੀ ਫਾਈਲ ਕਿੱਥੇ ਕਿੱਥੇ ਜਾ ਰਹੀ ਹੈ ਕਿਹੜੇ ਅਫਸਰ ਕੋਲ ਜਾ ਸ਼੍ਰੀ ਮੁਖਸਰ ਸਾਹਿਬ ਦੇ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਅਨੁਸਾਰ ਇਹ ਆਫਿਸ ਨਾਲ ਪਾਰਦਰਸ਼ਤਾ ਤੇ ਜ਼ਿੰਮੇਵਾਰੀ ਵਧੀ ਏ ਇਸ ਨਾਲ ਨਾ ਕੇਵਲ ਮੈਨੂੰ ਜ਼ਿਲ੍ਹੇ ਦੇ ਮੁਖੀ ਹੋਣ ਦੇ ਰੂਪ ਵਿੱਚ ਇਸ ਗੱਲ ਦਾ ਪਤਾ ਰਹਿੰਦਾ ਹੈ ਕਿ ਕਿਹੜੀਆਂ ਫਾਈਲਾਂ ਕਿੱਥੇ ਪੈਂਡਿੰਗ ਹੈਗੀਆਂ ਹਨ ਤੇ ਮੈਂ ਨੀਡਿਡ ਜਿਹੜੀਆਂ ਜ਼ਰੂਰਤ ਵਾਲੀਆਂ ਤੁਰੰਤ ਫੌਰੀ ਤੌਰ ਤੇ ਜਿਨ੍ਹਾਂ ਦੀ ਐਕਸ਼ਨ ਲੈਣਾ ਹੁੰਦਾ ਹੈ ਉਹ ਮੈਂ ਕਰਵਾ ਪਾਂਦਾ ਹਾਂ ਬਲਕਿ ਹਰ ਇੰਡੀਵਿਜੂਅਲ ਜਿਹੜਾ ਸਰਵਿਸ ਸੀਕਰ ਹੈ ਜਿਹੜਾ ਆਪ ਦੀ ਕੋਈ ਵੀ ਸੇਵਾ ਸਰਕਾਰ ਤੋਂ ਲੈਣਾ ਚਾਹੁੰਦਾ ਹੈ ਉਹਨੂੰ ਵੀ ਇਸ ਗੱਲ ਦਾ ਪਤਾ ਰਹਿੰਦਾ ਹੈ ਕਿ ਉਹਦਾ ਜਿਹੜਾ ਕੰਮ ਹੈ ਕਿਸ ਪੱਧਰ ਤੇ ਰੁਕਿਆ ਹੋਇਆ ਹੈ ਇਸ ਦੇ ਨਾਲ ਨਾ ਕੇਵਲ ਟਰਾਂਸਪੇਰੈਂਸੀ ਵਿੱਚ ਵਾਅਦਾ ਹੋਇਆ ਹੈ ਬਲਕਿ ਅਕਾਉਂਟੇਬਿਲਟੀ ਵਿੱਚ ਵੀ ਵਾਅਦਾ ਹੋਇਆ ਹੈ ਐਨ ਆਈ ਸੀ ਦੇ ਗੁਰਜਿੰਦਰ ਸਿੰਘ ਮੁਤਾਬਕ ਇਹ ਆਫਿਸ ਯੋਜਨਾ ਨਾਲ ਫਾਈਲਾਂ ਦੇ ਵੱਡੇ ਰਿਕਾਰਡ ਦੀ ਸਾਮ ਸੰਭਾਲ ਵਿੱਚ ਕੋਈ ਦਿੱਕਤ ਨਹੀਂ ਆਉਂਦੀ ਇਸ ਦੇ ਨਾਲ ਜੇ ਕੰਮ ਕਾਜ ਵਿੱਚ ਬਹੁਤ ਹੀ ਫਾਇਦਾ ਹੋਇਆ ਜਿਹੜੇ ਮੁਲਾਜ਼ਮ ਹੈ ਉਹਨਾਂ ਨੂੰ ਵੀ ਫਾਇਦਾ ਹੋਇਆ ਕਿਉਂਕਿ ਫਾਈਲਾਂ ਦਾ ਰੱਖ ਰਖਾਵ ਸੌਖਾ ਹੋਇਆ ਤੇ ਨਾਲ ਹੀ ਜਿਹੜੇ ਬੰਦੇ ਦੇ ਅਕਾਊਂਟ 'ਚ ਫਾਈਲਾਂ ਪਈਆਂ ਉਹਦੇ ਉਹਦੀ ਜ਼ਿੰਮੇਵਾਰੀ ਵੀ ਫਿਕਸ ਹੁੰਦੀ ਹੈ ਡਿਸਟ੍ਰਿਕਟ ਲੈਵਲ ਦੇ ਉੱਤੇ ਜਿਹੜਾ ਇਹ ਸੌਫਟਵੇਅਰ ਹੈ ਇਹ ਪ੍ਰੋਪਰਲੀ ਇੰਪਲੀਮੈਂਟਡ ਹੈ ਤੇ ਜਿਹੜਾ ਗਵਰਨਮੈਂਟ ਆਫ ਇੰਡੀਆ ਦਾ ਮਿਸ਼ਨ ਹੈ ਡਿਜੀਟਲ ਇੰਡੀਆ ਦਾ ਉਹਨੂੰ ਸਫਲਤਾਪੂਰਵਕ ਨੇਪਰੇ ਚਾੜਦਾ ਹੈ ਯਕੀਨਨ ਇਹ ਆਫਿਸ ਯੋਜਨਾ ਨੇ ਸਮੁੱਚੀ ਪ੍ਰਣਾਲੀ ਨੂੰ ਪੇਪਰਲੈਸ ਕਰ ਦਿੱਤਾ ਹੈ ਅਤੇ ਕੰਪਿਊਟਰਾਂ ਦਾ ਡਾਟਾ ਸੰਭਾਲਣ ਲਈ ਪ੍ਰਸ਼ਾਸਨ ਡਿਜੀਟਲ ਲੋਕਰ ਦੀ ਵਰਤੋਂ ਕਰ ਰਿਹਾ ਹੈ। ਸ਼੍ਰੀ ਮੁਖਸਰ ਸਾਹਿਬ ਤੋਂ ਜਸਵਿੰਦਰ ਸਿੰਘ ਬਿੱਟਾ ਦੇ ਨਾਲ ਸ਼ਿਸ਼ੂ ਸ਼ਰਮਾ ਸ਼ਾਂਤਲ ਦੂਰਦਰਸ਼ਨ ਸਮਾਚਾਰ ਜਲੰਧਰ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਡਾਕਟਰ ਐਸ ਕਰੂਨਾ ਰਾਜੂ ਨੇ ਸੂਬੇ ਵਿੱਚ ਨਵੇਂ ਵੋਟਰਾਂ ਦੀ ਪਛਾਣ ਲਈ ਤਿੰਨ ਮੈਂਬਰੀ ਕਮੇਟੀ ਬਣਾਈ ਹੈ। ਇਸ ਦਾ ਮੰਤਵ ਵੋਟਰ ਸੂਚੀ ਵਿੱਚ 18 ਸਾਲ ਦੀ ਉਮਰ ਦੇ ਨੌਜਵਾਨਾਂ ਦੇ ਨਾਮ 100% ਦਰਜ ਕਰਨ ਨੂੰ ਯਕੀਨੀ ਬਣਾਉਣਾ ਹੈ। ਕਮੇਟੀ ਦੀ ਅਗਵਾਈ ਸਿਵਲ ਕੋਆਰਡੀਨੇਟਰ ਨਵਨੀਤ ਵਾਲੀਆ ਕਰਨਗੇ ਜਦਕਿ ਸੁਪਰਡੈਂਟ ਰਕੇਸ਼ ਖੰਨਾ ਅਤੇ ਡਾਟਾ ਆਧਾਰਿਤ ਪ੍ਰਬੰਧਨ ਚਰਨਜੀਤ ਸਿੰਘ ਮੈਂਬਰ ਹੋਣਗੇ। ਵਧੀਕ ਸੀਈਓ ਅਮਨਦੀਪ ਕੌਰ ਕਮੇਟੀ ਦੀ ਨਿਗਰਾਨੀ ਕਰਨਗੇ। ਡਾਕਟਰ ਰਾਜੂ ਨੇ ਦੱਸਿਆ ਕਿ ਵੱਖ-ਵੱਖ ਮੈਕਮਿਆਂ ਨੂੰ ਹਦਾਇਤ ਕੀਤੀ ਗਈ ਹੈ ਕਿ 1 ਜਨਵਰੀ 2002 ਤੋਂ 31 ਦਸੰਬਰ ਪੈਦਾ ਹੋਏ ਲੋਕਾਂ ਦਾ ਡਾਟਾ ਮੁਹੱਈਆ ਕਰਵਾਇਆ ਜਾਵੇ ਤਾਂ ਜੋ ਨਵੀਂ ਵੋਟਰਾਂ ਦਾ ਪਤਾ ਲਗਾ ਕੇ ਉਹਨਾਂ ਦੇ ਵੋਟਰ ਫੋਟੋ ਪਛਾਣ ਕਾਰਡ ਬਣਾਏ ਜਾ ਸਕਣ। ਉਹਨਾਂ ਕਿਹਾ ਕਿ CBSE, ICSE ਤੇ ਓਪਨ ਸਕੂਲ ਨੂੰ ਵੀ ਇਸ ਵਿੱਚ ਸ਼ਾਮਲ ਕੀਤਾ ਜਾ ਰਿਹਾ ਹੈ। ਆਉਂਦੀਆਂ ਵਿਧਾਨ ਸਭਾ ਚੋਣਾਂ ਲਈ ਤਿਆਰੀਆਂ ਸੰਬੰਧੀ ਅੱਜ ਅਸੀਂ ਪੇਸ਼ ਕਰ ਰਹੇ ਹਾਂ ਫਿਰੋਜ਼ਪੁਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੀਆਂ ਜਾ ਰਹੀਆਂ ਤਿਆਰੀਆਂ ਤੇ ਆਧਾਰਿਤ ਇਹ ਰਿਪੋਰਟ। ਸਰਹੰਦੀ ਜ਼ਿਲ੍ਹਾ ਫਿਰੋਜ਼ਪੁਰ ਵਿੱਚ ਚੋਣ ਤਿਆਰੀਆਂ ਪੂਰੇ ਜ਼ੋਰਾਂ ਤੇ ਚੱਲ ਰਹੀਆਂ ਨੇ। ਇਸ ਜ਼ਿਲ੍ਹੇ ਵਿੱਚ ਜ਼ੀਰਾ, ਫਿਰੋਜ਼ਪੁਰ ਸ਼ਹਿਰੀ, ਫਿਰੋਜ਼ਪੁਰ ਦਿਹਾਤੀ ਅਤੇ ਗੁਰਹਰਸਹਾਇ ਚਾਰ ਵਿਧਾਨ ਸਭਾ ਹਲਕੇ ਪੈਂਦੇ ਨੇ। ਜ਼ਿਲ੍ਹੇ ਵਿੱਚ ਕੁੱਲ 74873 ਰਜਿਸਟਰਡ ਵੋਟਰ ਨੇ ਜਿਨ੍ਹਾਂ ਵਿੱਚੋਂ 370696 ਮਰਦੇ ਅਤੇ 334159 ਮਹਿਲਾ ਵੋਟਰ ਨੇ। ਇਹਨਾਂ ਤੋਂ ਇਲਾਵਾ 18 ਥਰਡ ਜੈਂਡਰ ਵੋਟਰ ਵੀ ਮੌਜੂਦ ਨੇ। ਜ਼ਿਲ੍ਹੇ ਭਰ ਵਿੱਚ ਚੋਣਾਂ ਲਈ 902 ਪੋਲਿੰਗ ਸਟੇਸ਼ਨ ਸਥਾਪਿਤ ਕੀਤੇ ਗਏ ਨੇ ਜਿਨ੍ਹਾਂ ਵਿੱਚੋਂ 325 ਪੋਲਿੰਗ ਸਟੇਸ਼ਨ ਸੰਵੇਦਨਸ਼ੀਲ ਐਲਾਨੇ ਗਏ ਨੇ। ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਅਤੇ ਜ਼ਿਲ੍ਹਾ ਚੋਣ ਅਫਸਰ ਦਵਿੰਦਰ ਪਾਲ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਭਰ ਵਿੱਚ ਚੋਣਾਂ ਦੀਆਂ ਤਿਆਰੀਆਂ ਲਗਭਗ ਮੁਕੰਮਲ ਹੋ ਚੁੱਕੀਆਂ ਨੇ ਉਹਨਾਂ ਦੱਸਿਆ ਕਿ ਨਿਰਪੱਖ ਤੇ ਸ਼ਾਂਤਮਈ ਚੋਣਾਂ ਕਰਵਾਉਣ ਲਈ ਵਿਆਪਕ ਪ੍ਰਬੰਧ ਕੀਤੇ ਜਾ ਰਹੇ ਨੇ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਜਾਗਰੂਕ ਕਰਨ ਲਈ ਵੱਡੇ ਪੱਧਰ ਤੇ ਸਵੀਪ ਗਤੀਵਿਧੀਆਂ ਚਲਾਈਆਂ ਜਾ ਰਹੀਆਂ ਨੇ ਜ਼ਿਲ੍ਹੇ ਦੇ ਵਿੱਚ ਜਿਹੜਾ ਸਵੀਪ ਦਾ ਪ੍ਰੋਗਰਾਮ ਹੈ ਉਹ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਚੱਲ ਰਿਹਾ ਹੈ ਜ਼ਿਲ੍ਹੇ ਦੇ ਵਿੱਚ ਸਵੀਪ ਐਕਟੀਵਿਟੀਆਂ ਨੂੰ ਮੁੱਖ ਰੱਖਦੇ ਹੋਏ ਅਸੀਂ ਪ੍ਰভাত ਫੇਰੀ ਸਾਈਕਲ ਰੈਲੀ ਤੇ ਹੋਰ ਬਹੁਤ ਸਾਰੀਆਂ ਐਕਟੀਵਿਟੀਜ਼ ਜਿਹੜੀਆਂ ਹੈ ਪੂਰੇ ਜ਼ਿਲ੍ਹੇ ਦੇ ਵਿੱਚ ਵਕ-ਵਕ ਹਲਕਿਆਂ ਦੇ ਵਿੱਚ ਸਟਾਰਟ ਕੀਤੀਆਂ ਹੋਈਆਂ ਹਨ ਜਿਹੜੇ ਸਾਡੇ 80 ਸਾਲ ਤੋਂ ਵੱਧ ਵੋਟਰ ਨੇ ਉਹਨਾਂ ਨੂੰ ਅਸੀਂ ਤਿੰਨ ਕੈਟਾਗਰੀ ਦੇ ਵਿੱਚ ਵੰਡਿਆ ਹੈ 80 ਤੋਂ 90 ਸਾਲ ਤੇ 91 ਸਾਲ ਤੋਂ ਜਿਹੜੇ 100 ਸਾਲ ਤੱਕ ਨੇ ਤੇ 100 ਸਾਲ ਤੋਂ ਉੱਪਰ ਨੇ ਉਹਨਾਂ ਲਈ ਪਹਿਲਾਂ ਅਸੀਂ ਸਭ ਤੋਂ ਪਹਿਲਾਂ ਉਹਨਾਂ ਨੂੰ ਮੈਸੇਜ ਰਾਹੀਂ ਵਕ-ਵਕ ਹਲਕਿਆਂ ਦੇ ਵਿੱਚ ਇੱਕ ਜਿਹੜਾ ਸੁਵਿਧਾ ਕੈਂਪ ਆ ਉਹ ਲਗਾਵਾਂਗੇ ਜਿਹਦੇ ਵਿੱਚ ਉਹਨਾਂ ਦਾ ਹੈਲਥ ਚੈੱਕਅਪ ਵੀ ਹੋਏਗਾ ਉਹਨਾਂ ਦੀਆਂ ਜਿਹੜੀਆਂ ਬੇਸਿਕ ਨੀਡਸ ਨੇ ਉਹਨਾਂ ਬਾਰੇ ਪਤਾ ਲਗਾਇਆ ਜਾਏਗਾ ਤੇ ਉਸ ਚੀਜ਼ ਉਸ ਦੇ ਨਾਲ ਹੀ ਅਸੀਂ ਇਲੈਕਸ਼ਨ ਦਾ ਮੈਸੇਜ ਵੀ ਉਹਨਾਂ ਨੂੰ ਦਵਾਂਗੇ ਤੇ ਅਸੀਂ ਸਾਰੇ ਜਿਹੜੇ ਪੋਲਿੰਗ ਸਟੇਸ਼ਨਸ ਨੇ ਲੋਕੇਸ਼ਨਸ ਨੇ ਉਹਨਾਂ ਤੇ ਅਸ਼ੋਰਡ ਮਿਨਿਮਮ ਫੈਸਿਲਿਟੀ ਜਿਹੜੀਆਂ ਹੈ ਉਹ ਨਿਸ਼ਚਿਤ ਕਰਨ ਲਈ ਪੂਰੀ ਕਾਰਵਾਈ ਕੀਤੀ ਗਈ ਹੈ ਫਿਰੋਜ਼ਪੁਰ ਤੋਂ ਜਸਵਿੰਦਰ ਸਿੰਘ ਬਿੱਟਾ ਦੀ ਰਿਪੋਰਟ ਨਸ਼ਿਆਂ ਬਾਰੇ ਐਸ.ਸੀ.ਐਫ ਦੀ ਰਿਪੋਰਟ ਦੇ ਆਧਾਰ 'ਤੇ ਪੰਜਾਬ ਪੁਲਿਸ ਨੇ ਅਕਾਲੀ ਦਲ ਦੇ ਸੀਨੀਅਰ ਆਗੂ ਵਿਕਰਮ ਸਿੰਘ ਮਜੀਠੀਆ ਖਿਲਾਫ ਮਾਮਲਾ ਦਰਜ ਕੀਤਾ ਹੈ। ਮੁਹਾਲੀ ਤੋਂ ਸਾਡੇ ਪੱਤਰਕਾਰ ਅਨੁਸਾਰ ਮੁਹਾਲੀ ਸਟ੍ਰੀਟ ਕ੍ਰਾਈਮ ਸੈਲ ਵਿੱਚ ਇਹ ਮਾਮਲਾ ਐਨ.ਡੀ.ਪੀ.ਐਸ ਐਕਟ ਦੀ ਤਾਰਾ 25 27ਏ ਅਤੇ 29 ਤਹਿਤ ਦਰਜ ਕੀਤਾ ਗਿਆ ਹੈ। ਚੇਤੇ ਰਹੇ ਕਿ ਈ.ਆਈ.ਜੀ ਦੀ ਅਗਵਾਈ ਵਿੱਚ ਐਸ.ਆਈ.ਟੀ ਨਸ਼ਿਆਂ ਸਬੰਧੀ ਮਾਮਲੇ ਦੀ ਜਾਂਚ ਕਰ ਰਹੀ ਹੈ। ਇਧਰ ਮਾਮਲੇ ਵਿੱਚ ਜਾਂਚਬин ਲਈ ਸਰਕਾਰ ਨੇ ਈ.ਆਈ.ਜੀ ਬਲਰਾਜ ਸਿੰਘ ਦੀ ਅਗਵਾਈ ਵਿੱਚ 3 ਮੈਂਬਰੀ ਜਾਂਚ ਟੀਮ ਗਠਿਤ ਕੀਤੀ ਹੈ। ਇਸ ਵਿੱਚ ਡੀ.ਐਸ.ਪੀ ਰਾਜੇਸ਼ ਕੁਮਾਰ ਅਤੇ ਕੁਲਵੰ ਬਿਕਰਮ ਸਿੰਘ ਮਜੀਠੀਆ ਤੇ ਮਾਮਲਾ ਦਰਜ ਕਰਨ ਨੂੰ ਸਿਆਸੀ ਬਦਲਾਖੋਰੀ ਦਾ ਨਮੂਨਾ ਦੱਸਿਆ ਗੁਰਮਤ ਸੰਗੀਤ ਦੇ ਮਹਾਨ ਵਿਦਵਾਨ ਪ੍ਰੋਫੈਸਰ ਕਰਤਾਰ ਸਿੰਘ ਨੂੰ ਪਾਲ ਸਰਕਾਰ ਵੱਲੋਂ ਦਿੱਤਾ ਗਿਆ ਪਦਮਸ਼੍ਰੀ ਅਵਾਰਡ ਲੁਧਿਆਣਾ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਵਿਰਿੰਦਰ ਕੁਮਾਰ ਸ਼ਰਮਾ ਨੇ ਕੱਲ ਹਸਪਤਾਲ ਪਹੁੰਚ ਕੇ ਉਹਨਾਂ ਦੀ ਸਪੁਰਦ ਕੀਤਾ। ਉਹਨੇ ਦਿਨੀ ਹਸਪਤਾਲ ਵਿੱਚ ਜ਼ੇਰੇ ਇਲਾਜ ਨੇ। ਪ੍ਰੋਫੈਸਰ ਕਰਤਾਰ ਸਿੰਘ ਨੂੰ ਕਲਾ ਦੇ ਖੇਤਰ ਵਿੱਚ ਉਹਨਾਂ ਦੇ ਵੱਡੇ ਮੁੱਲੇ ਯੋਗਦਾਨ ਲਈ ਪਦਮਸ਼੍ਰੀ ਨਾਲ ਨਵਾਜਿਆ ਗਿਆ। ਇਹ ਸੇਤ ਸਮੱਸਿਆ ਦੇ ਚਲਦਿਆਂ ਪ੍ਰੋਫੈਸਰ ਕਰਤਾਰ ਸਿੰਘ ਰਾਸ਼ਟ੍ਰਪਤੀ ਪਵਨ ਵਿੱਚੋ ਇਸ ਸਮਾਗਮ ਵਿੱਚ ਸ਼ਾਮਿਲ ਨਹੀਂ ਹੋ ਸਕੇ। ਤਾਂ ਜਿਸ ਤੇ ਡਿਪਟੀ ਕਮਿਸ਼ਨ ਰਾਹੀਂ ਇਹਵਾਰਡ ਉਹਨਾਂ ਦੇ ਸਪੁਰਦ ਕੀਤਾ ਗਿਆ। ਇਸ ਮੌਕੇ ਉਹਨਾਂ ਦੀਆਂ ਸੇਵਾਵਾਂ ਨੂੰ ਮ ਕਰਤਾਰ ਸਿੰਘ ਨੇ ਕੇਂਦਰ ਸਰਕਾਰ ਦਾ ਧੰਨਵਾਦ ਕੀਤਾ ਹੈ ਡਿਪਟੀ ਕਮਿਸ਼ਨਰ ਵਿਰਿੰਦਰ ਕੁਮਾਰ ਸ਼ਰਮਾ ਨੇ ਇਸ ਸਨਮਾਨ ਲਈ ਪ੍ਰੋਫੈਸਰ ਕਰਤਾਰ ਸਿੰਘ ਅਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਵਿਸ਼ੇਸ਼ ਤੌਰ 'ਤੇ ਵਧਾਈ ਦਿੱਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਕਾਸ਼ਵਣੀ ਦੇ ਮਨ ਦੀ ਬਾਤ ਪ੍ਰੋਗਰਾਮ ਦੀ 84ਵੀਂ ਕੜੀ ਲਈ ਲੋਕਾਂ ਤੋਂ ਸੁਝਾਅ ਮੰਗੇ ਨੇ 26 ਦਸੰਬਰ ਨੂੰ ਪ੍ਰਸਾਰਿਤ ਹੋਣ ਵਾਲੇ ਮਨ ਦੀ ਬਾਤ ਪ੍ਰੋਗਰਾਮ ਦੀ ਸਵਰੇਦੀ ਆਖਰੀ ਕੜੀ ਹੋਵੇਗੀ ਪ੍ਰਧਾਨ ਮੰਤਰੀ ਨੇ ਟਵੀਟ ਕਰਦੇ ਹਾਂ ਕਿਹਾ ਕਿ ਉਨ੍ਹਾਂ ਨੂੰ ਹੁਣ ਤੱਕ ਕਈ ਸੁਝਾਅ ਤੇ ਵਿਚਾਰ ਪ੍ਰਾਪਤ ਹੋਏ ਨੇ ਜਿਨ੍ਹਾਂ ਵਿੱਚ ਵੱਖ-ਵੱਖ ਪਹਿਲੂਆਂ ਨੂੰ ਕਵਰ ਕੀਤਾ ਗਿਆ ਹੈ ਨਾਗਰਿਕ ਟੋਲ ਫਰੀ ਨੰਬਰ 1800117800 ਤੇ ਕਾਲ ਕਰਕੇ ਹਿੰਦੀ ਜਾਂ ਪੰਜਾਬੀ ਵਿੱਚ ਆਪਣਾ ਸੁਨੇਹਾ ਰਿਕਾਰਡ ਕਰਵਾ ਸਕਦੇ ਨੇ ਇਹ ਫੋਨ ਲਾਈਨਾਂ 24 ਦਸੰਬਰ ਤੱਕ ਖੁੱਲੀਆਂ ਰਹਿਣਗੀਆਂ ਪਾਰ ਸਰਕਾਰ ਦੀ ਜਲ ਜੀਵਨ ਮਿਸ਼ਨ ਯੋਜਨਾ ਰਾਹੀਂ ਪਿੰਡਾਂ ਵਿੱਚ ਸਾਫ਼ ਪੀਣ ਯੋਗ ਪਾਣੀ ਪਹੁੰਚਾਇਆ ਜਾ ਰਿਹਾ ਹੈ। ਪਠਿੰਡਾ ਜ਼ਿਲ੍ਹੇ ਦੇ ਕੁਲ 268 ਪਿੰਡਾਂ ਵਿੱਚ ਵਾਟਰ ਵਰਕਸ ਦੀਆਂ ਟੈਂਕੀਆਂ ਰਾਹੀਂ ਇਹ ਪਾਣੀ ਲੋਕਾਂ ਨੂੰ ਮਿਲ ਰਿਹਾ ਹੈ। ਮਿਸ਼ਨ ਤਹਿਤ 1,58,408 ਘਰਾਂ ਵਿੱਚ ਟੂਟੀਆਂ ਦੇ ਕਨੈਕਸ਼ਨ ਦਿੱਤੇ ਗਏ ਨੇ। ਜ਼ਿਲ੍ਹੇ ਦੇ ਮਹਿਮਾ ਸਵਾਈ ਪਿੰਡ ਦੇ ਵਸਨੀਕਾਂ ਦਾ ਕਹਿਣਾ ਹੈ ਕਿ ਘਰੋਂ ਘਰ ਹੀ ਸਾਫ਼ ਪਾਣੀ ਆਉਣ ਨਾਲ ਉਨ੍ਹਾਂ ਨੂੰ ਕਈ ਗੰਭੀਰ ਬਿਮਾਰੀਆਂ ਤੋਂ ਨਿਜਾਤ ਮਿਲੀ ਹੈ। ਪਿੰਡ ਦੀਆਂ ਬਜ਼ੁਰਗਔਰਤਾਂ ਮੰਨਦੀਆਂ ਨੇ ਕਿ ਇਸ ਮਿਸ਼ਨ ਨੇ ਦੂਰੋਂ ਪਾਣੀ ਲਿਆਉਣ ਤੋਂ ਛੁਟਕਾਰਾ ਦਿਵਾ ਕੇ ਸਾਡੀ ਜ਼ਿੰਦਗੀ ਸੁਖਾਲੀ ਬਣਾ ਦਿੱਤੀ ਜਦ ਜੀਵਨ ਮੁਸ਼ਨ ਨਾਲ ਸਾਡੇ ਪਿੰਡ ਵਾਸੀਆਂ ਦੇ ਵਿੱਚ ਬਹੁਤ ਸੁਧਾਰ ਆਇਆ ਜੀ ਖਾਸ ਕਰਕੇ ਸਾਡੇ ਜਿਹੜੀਆਂ ਜਿਹੜੀਆਂ ਲੇਡੀਆਂ ਨੇ ਉਹਨਾਂ ਨੂੰ ਇੱਕ ਤਾਂ ਸਮੇਂ ਦੀ ਬਚਤ ਹੋ ਜਾਂਦੀ ਹੈ ਕਿ ਸਾਫ਼ ਪਾਣੀ ਪੀਣ ਨੂੰ ਅਸੀਂ ਜਦੋਂ ਬੱਚਿਆਂ ਨੂੰ ਦਿੰਨੇ ਆ ਉਹਨਾਂ ਨੂੰ ਕੋਈ ਬਿਲਕੁਲ ਪ੍ਰੋਬਲਮ ਨਹੀਂ ਆਉਂਦੀ ਨਾ ਹੀ ਸਾਡੇ ਕੋਈ ਭਿਆਨਕ ਬਿਮਾਰੀ ਹੈ ਇਸ ਪਿੰਡ ਦੇ ਵਿੱਚ ਸਮੱਸਿਆ ਹੋਈ ਹੋਵੇ ਬੱਚੇ ਬਿਲਕੁਲ ਠੀਕ ਰਹਿੰਦੇ ਨੇ ਜੀ ਤੇ ਸਾਡਾ ਪਿੰਡ ਪਹਿਲਾਂ ਮਤਲਬ ਰਾਤ ਨੂੰ ਪਾਣੀ ਭਰਦਾ ਹੁੰਦਾ ਸੀ ਜਦੋਂ ਇਹ ਚਾਲੂ ਹੋ ਗਿਆ ਉਦੋਂ ਮਤਲਬ ਸਾਰੇ ਪਿੰਡ ਨੂੰ ਪੂਰੀ ਸੰਤੁਸ਼ਟੀ ਹੋ ਗਈਏ ਤੋਂ ਪਾਣੀ ਬਹੁਤ ਵਧੀਆ ਸਾਫ ਸੁਥਰਾ ਪਾਣੀ ਔਰ ਲੋਕ ਬੜੇ ਖੁਸ਼ ਹੋਏ ਪਾਣੀ ਜੀ ਬਹੁਤ ਸਾਫ ਆ ਰਿਹਾ ਹੈ ਪਾਣੀ ਸਾਫ ਕਾਰਨ ਵੀ ਬਿਮਾਰੀਆਂ ਵੀ ਬਹੁਤ ਘਟਾ ਕਿਵੇਂ ਗੋਡਿਆਂ ਦੀ ਪ੍ਰੋਬਲਮ ਸੀ ਲੱਤਾਂ ਲੁੱਤਾਂ ਦੀ ਉਹ ਵੀ ਠੀਕ ਹੋ ਰਹੀ ਆ ਕੱਪੜੇ ਬਹੁਤ ਸਾਫ ਰਹਿੰਦੇ ਆ ਕੰਪੜਿਆਂ ਵਿੱਚ ਵੀ ਪਹਿਲਾਂ ਵੀ ਗੰਦਾ ਪਾਣੀ ਆਉਂਦਾ ਸੀ ਸਾਡੇ ਸਾਫ ਨਹੀਂ ਆਉਂਦਾ ਸੀ ਹੁਣ ਕੱਪੜੇ ਬਹੁਤ ਸਾਫ ਰਹਿੰਦੇ ਆ ਵਧੀਆ ਵੀ ਘਰ 'ਚ ਵੀ ਵੀ ਅਸੀਂ ਪਾਣੀ ਪੀਂਨੇ ਆ ਬਹੁਤ ਵਧੀਆ ਲੱਗ ਰਿਹਾ ਸਾਨੂੰ ਤੇ ਅੱਜ ਦੀਆਂ ਖਬਰਾਂ ਦੇ ਬਿਲੀਟਨ ਖਤਮ ਹੋਇਆ ਮੈਂ ਮਾਸਕ ਲਗਾ ਕੇ ਸਟੂਡੀਓ ਤੋਂ ਬਾਹਰ ਜਾ ਰਹੀ ਹਾਂ ਬਾਹਰ ਜਾਣ ਲਈ ਤੁਸੀਂ ਵੀ ਮਾਸਕ ਲਗਾ ਕੇ ਜਾਓ ਇਜਾਜ਼ਤ ਦਿਓ ਨਮਸਕਾਰ